ਵਾਲੇਕੁਮ ਸਲਾਮ। ਮੰਮਾ ਕੀ ਬਣਾਇਆ? ਮੈਂ ਦਾਲ ਮੂੰਗੀ ਦੀ ਬਣਾਈ ਆ ਬੇਟਾ, ਦੇਖ ਲੈ ਪਤਾ ਨੀ ਤੈਨੂੰ ਸਵਾਦ ਲੱਗੇ ਨਾ ਲੱਗੇ, ਤੇਰੇ ਮੰਮਾ ਜੇ ਵਰਗੀ ਤਾਂ ਮੈਂ ਟੇਸਟੀ ਨਹੀਂ ਬਣਾਉਂਦੀ। ਨਹੀਂ ਮੰਮਾ ਵਧੀਆ ਹੋਣੀ ਆ, ਤੁਸੀਂ ਬਣਾਈ ਆ ਨਾ, ਦੇਖੋ ਟੇਸਟ ਕਰੋ। ਬਾਕੀ ਬਾਹਰਲੇ ਦੇਸ਼ਾਂ ਦੇ ਵਿੱਚ ਤਾਜ਼ਾ ਖਾਣਾ ਹੀ ਮਿਲ ਜੇ, ਇਦੋਂ ਵੱਡੀ ਹੋਰ ਕੀ ਚੀਜ਼ ਹੁੰਦੀ ਆ। ਬਾਕੀ ਰਹੀ ਗੱਲ ਖਾਣਾ ਸਵਾਦ ਦੀ, ਮਾਮਾ ਸਵਾਦ ਹੀ ਬਣਾਉਂਦੇ ਹੁੰਦੇ ਆ, ਚਾਹੇ ਸਾਸੂ ਮਾਂ ਹੋਵੇ ਚਾਹੇ ਆਪਦੀ ਮਾਂ ਹੋਵੇ। ਚਲੋ ਹੁਣ ਤੁਸੀਂ ਗਰਮ ਗਰਮ ਰੋਟੀਆਂ ਲਾ ਦਿਓ ਮੈਨੂੰ, ਮੈਂ ਫਿਰ ਬਹਿ ਕੇ ਖਾ ਲਵਾਂ। ਮੰਮੀ ਸੈਮੀ ਆ ਗਏ, ਮੈਨੂੰ ਆਵਾਜ਼ ਆਈ ਸੀ। ਹਾਂਜੀ ਬੇਟਾ ਆ ਗਏ, ਸ਼ਾਇਦ ਬੈਕਯਾਰਡ 'ਚ ਗਏ ਨੇ। ਤੁਸੀਂ ਰੋਟੀ ਕਿਹਦੀ ਬਣਾ ਰਹੇ ਹੋ? ਹਾਂ ਸੈਮੀ ਲਈ ਬੇਟਾ, ਉਹਨੇ ਕੰਮ ਤੋਂ ਆਇਆ ਨਾ, ਰੋਟੀ ਖਾਣੀ ਉਹਦੇ ਲਈ ਬਣਾ ਰਹੀ ਹਾਂ। ਅੱਛਾ ਮੰਮੀ, ਹੋਰ ਕੁਛ ਕਹਿੰਦੇ ਸੀ? ਮੈਂ ਕੁਛ ਹੋਰ ਬਣਾਵਾਂ? ਨਹੀਂ ਬੇਟਾ ਹੋਰ ਤਾਂ ਕੁਛ ਨਹੀਂ ਕਿਹਾ, ਰੋਟੀ ਨੂੰ ਹੀ ਕਿਹਾ। ਆ ਜਾਂਦਾ ਉਹ, ਪੁੱਛ ਲਈ ਜੇ ਕੁਛ ਹੋਰ ਖਾਣਾ ਹੋ ਤਾਂ ਬਣਾ ਦਾਂਗੇ। ਠੀਕ ਹੈ, ਚਲੋ ਫਿਰ ਮੈਂ ਕਰਦੀ ਹਾਂ, ਕੱਪੜੇ ਲਾ ਕੇ ਲਿਆਉਂਦੀ ਹਾਂ, ਤੁਸੀਂ ਜਦ ਨੂੰ ਰੋਟੀ ਬਣਾ ਲਓ। ਠੀਕ। ਅੱਛਾ ਮੰਮੀ, ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਸੀ। ਪੁੱਛੋ ਜੀ। ਕਈ ਘਰਾਂ ਦੇ ਵਿੱਚ ਲੇਡੀਜ਼ ਨੂੰ ਨਾ ਕੰਮ ਨਹੀਂ ਕਰਨ ਦਿੰਦੇ, ਉਹ ਕਹਿੰਦੇ ਨੇ ਸਾਡੇ ਘਰ ਦੇ ਵਿੱਚ ਤਾਂ ਕਿਸੇ ਲੇਡੀਜ਼ ਨੇ ਜੋਬ ਨਹੀਂ ਕੀਤੀ ਹੈਗੀ, ਇਸ ਤੱਕ ਉਹ ਬਾਹਰ ਨਹੀਂ ਜਾਂਦੇ। ਅੱਛਾ, ਕਈ ਘਰਾਂ ਦੇ ਵਿੱਚ ਲੇਡੀਜ਼ ਨੂੰ ਇਕੱਲੇ ਬਾਹਰ ਜਾਣ ਦਾ ਵੀ ਇਜਾਜ਼ਤ ਨਹੀਂ ਹੁੰਦੀ, ਔਰ ਕਈ ਘਰਾਂ ਦੇ ਵਿੱਚ ਲੜਕੀਆਂ ਆਪਣੀ ਮਰਜ਼ੀ ਵੀ ਕਰਦੀਆਂ ਨੇ, ਕਈ ਵਾਰ ਪੁੱਛਦੀਆਂ ਵੀ ਨਹੀਂ, ਦੱਸਦੀਆਂ ਹੀ ਨੇ ਵੀ ਹਾਂ ਮੈਂ ਤਾਂ ਇਹ ਕਰਨਾ, ਮੈਂ ਤਾਂ ਜਾਣਾ, ਜਿੱਦ ਵੀ ਕਰਦੀਆਂ ਨੇ। ਤਾਂ ਕੀ ਉਹ ਠੀਕ ਕਰਦੀਆਂ ਨੇ, ਜਾਂ ਜਿਹੜੇ ਬੰਦੇ ਘਰ ਤੋਂ ਨਹੀਂ ਜਾਣ ਦਿੰਦੇ, ਜੋਬਾਂ ਨਹੀਂ ਕਰਨ ਦਿੰਦੇ, ਕੀ ਉਹ ਸਹੀ ਕਰਦੇ ਨੇ, ਜਾਂ ਜਿਹੜੇ ਕਹਿੰਦੇ ਨੇ ਵੀ ਸਾਡੇ ਨਾਲ ਹੀ ਤੁਸੀਂ ਬਾਹਰ ਜਾਣਾ ਹੈ, ਕਿ ਉਹ ਠੀਕ ਨੇ? ਮਤਲਬ ਤੁਸੀਂ ਕੀ ਕਹੋਗੇ ਇਹਦੇ ਬਾਰੇ? ਅਗਰ ਹਸਬੈਂਡ ਇਜਾਜ਼ਤ ਨਾ ਦਿੰਦਾ ਹੋਵੇ ਫਿਰ ਤਾਂ ਦੇਖੋ ਜੀ ਕੰਮ ਕਰਨਾ ਨਹੀਂ ਚਾਹੀਦਾ, ਆਪਣੇ ਸ਼ੌਹਰ ਦੇ ਕਹਿਣੇ ਘਰ 'ਚ ਰਹੋ, ਹੈ ਨਾ, ਜਿਵੇਂ ਉਹ ਕਹਿੰਦਾ ਉਵੇਂ ਕਰੋ। ਅਗਰ ਉਹਦੇ ਸ਼ੌਹਰ ਦੀ ਇਜਾਜ਼ਤ ਹੈ, ਘਰ ਦੇ ਸਾਰਿਆਂ ਦੀ ਇਜਾਜ਼ਤ ਹੈ, ਤਾਂ ਕੰਮ ਕਰ ਸਕਦੀ ਹੈ, ਕਿਉਂਕਿ ਮੈਂ ਖੁਦ ਕੰਮ ਕੀਤਾ, ਮੈਂ ਸ਼ੁਰੂ ਤੋਂ ਹੀ ਜੋਬ ਕੀਤੀ ਆ, ਹੁਣ ਤਾਂ ਹੀ ਕਰਦੀ ਹਾਂ ਕੰਮ, ਜੋਬ ਤਾਂ ਨਹੀਂ ਕਰ ਸਕਦੀ, ਮੈਂ ਬਿਜ਼ਨਸ ਹੀ ਕੀਤਾ ਸ਼ੁਰੂ ਤੋਂ। ਬਾਕੀ ਕੰਮ ਕਰਨਾ ਬਹੁਤ ਅੱਛੀ ਗੱਲ ਹੈ, ਅਗਰ ਸ਼ੌਹਰ ਮਨਾ ਕਰੇ ਫਿਰ ਕੰਮ ਨਾ ਕਰੇ। ਅੱਛਾ ਜੀ, ਮਤਲਬ ਕਿਸੇ ਜਾਣਾ ਹੋਵੇ, ਚਾਹੇ ਪੇਕੇ ਹੀ ਜਾਣਾ ਹੋਵੇ, ਜਾਂ ਕਿਸੇ ਰਿਸ਼ਤੇਦਾਰੀ 'ਚ ਜਾਣਾ ਹੋਵੇ, ਜਾਂ ਬਾਜ਼ਾਰ ਜਾਣਾ ਹੋਵੇ, ਤਾਂ ਔਰਤ ਨੂੰ ਇਕੱਲੀ ਜਾਣ ਦੀ ਇਜਾਜ਼ਤ ਨਹੀਂ ਹੁੰਦੀ, ਹਸਬੈਂਡ ਕਹਿੰਦਾ ਮੈਂ ਹੀ ਲੈ ਕੇ ਜਾਊਂਗਾ, ਮੇਰੇ ਨਾਲ ਜਾਈ, ਮਤਲਬ ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਤਾਂ ਬਹੁਤ ਅੱਛੀ ਬਾਤ ਹੈ, ਸ਼ੌਹਰ ਨਾਲ ਜਾਓ, ਇਕੱਲੇ ਜਾਣਾ ਤਾਂ ਦੇਖੋ ਜੀ ਆਪਣੀ ਮਨਮਾਨੀ ਕਰਨੀ ਆ, ਹੈ ਨਾ, ਇਹ ਤਾਂ ਗਲਤ ਹੈ। ਆਪਣੇ ਸ਼ੌਹਰ ਨਾਲ ਜਾਓ, ਜਿੱਥੇ ਜਾਣਾ ਘੁੰਮੋ ਫਿਰੋ, ਇਕੱਲੇ ਜਾਣ ਦਾ ਕੀ ਮਤਲਬ? ਅਤੇ ਬਾਈ ਚਾਂਸ ਘਰ ਸ਼ੌਹਰ ਨਹੀਂ ਹੈ, ਉਹ ਕੰਮ ਜ਼ਰੂਰੀ ਹੈ, ਮਜਬੂਰੀ ਦੇ ਵਿੱਚ ਜਾਣਾ ਹੈ, ਫੋਨ ਕਰਕੇ ਦੱਸ ਦਿਉ ਕਿ ਮੈਂ ਫਲਾਨਾ ਕੰਮ ਮੈਂ ਜਾ ਰਹੀ ਹਾਂ। ਸ਼ੌਹਰ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਬੀਵੀ ਕਿੱਥੇ ਹੈ ਇਸ ਟਾਈਮ। ਇੱਕ ਮਿੰਟ ਮੰਮੀ, ਤੁਸੀਂ ਹੁਣੇ ਕਿਹਾ ਕਿ ਫੋਨ ਕਰਕੇ ਦੱਸ ਦੇਵੇ, ਸਿਰਫ ਦੱਸਣਾ ਹੀ ਬਹੁਤ ਹੁੰਦਾ ਜਾਂ ਪੁੱਛਣਾ ਵੀ ਜ਼ਰੂਰੀ ਹੁੰਦਾ? ਬੇਟਾ ਜੇ ਜ਼ਰੂਰੀ ਦਾ ਕੰਮ ਹੈ, ਮਜਬੂਰੀ ਹੈ, ਤਾਂ ਆਪਾਂ ਦੱਸ ਕੇ ਜਾਵਾਂਗੇ ਨਾ ਕਿ ਫਲਾਨੀ ਜਗ੍ਹਾ ਜਾ ਰਹੇ ਹਾਂ। ਸ਼ੌਹਰ ਦੀ ਨੌਲੇਜ 'ਚ ਹੋਣਾ ਚਾਹੀਦਾ ਕਿ ਹਾਂ ਮੇਰੀ ਬੀਵੀ ਕਿੱਥੇ ਜਾ ਰਹੀ ਹੈ। ਇਸੇ ਤਰ੍ਹਾਂ ਸ਼ੌਹਰ ਨੂੰ ਵੀ ਚਾਹੀਦਾ ਕਿ ਜਿੱਥੇ ਕਿਤੇ ਜਾਵੇ ਅਤੇ ਆਪਣੀ ਬੀਵੀ ਨੂੰ ਦੱਸ ਕੇ ਜਾਵੇ, ਨੌਲੇਜ 'ਚ ਹੁੰਦੀ ਹੈ ਕਿ ਹਾਂ ਮੇਰਾ ਸ਼ੌਹਰ ਵੀ ਫਲਾਨੀ ਜਗ੍ਹਾ ਹੈ। ਠੀਕ ਹੈ, ਇਹ ਦੋ ਗੱਲਾਂ ਤਾਂ ਮੈਨੂੰ ਸਮਝ ਆ ਗਈਆਂ ਮੰਮੀ। ਅਤੇ ਤੀਸਰਾ ਮੇਰਾ ਸਵਾਲ ਕਿ ਜਿਹੜੀਆਂ ਆਪਣੀ ਮਰਜ਼ੀ ਕਰਦੀਆਂ ਨੇ, ਬਿਨਾਂ ਪੁੱਛੇ ਵੀ ਚਲੀ ਜਾਂਦੀਆਂ ਨੇ, ਜ਼ਿੱਦ ਵੀ ਕਰਦੀਆਂ ਨੇ, ਕਹਿਣਾ ਵੀ ਨਹੀਂ ਮੰਨਦੀਆਂ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਵਧੀਆ ਸਵਾਲ ਕੀਤਾ ਹੈ। ਜਿਹੜੀਆਂ ਲੜਕੀਆਂ ਆਪਣੀ ਮਨਮਾਨੀ ਕਰਦੀਆਂ ਨੇ, ਹੈ ਨਾ, ਬਿਨਾਂ ਦੱਸੇ ਚਲੀਆਂ ਜਾਂਦੀਆਂ ਨੇ, ਚੋਰੀ ਜਾਂਦੀਆਂ ਨੇ, ਇਹ ਗਲਤ ਹੈ, ਬਿਲਕੁਲ ਗਲਤ ਹੈ। ਕਿਉਂਕਿ ਦੇਖ ਬੇਟੇ, ਇਹਦੇ ਵਿੱਚ ਆਹਿਸਤਾ ਆਹਿਸਤਾ ਹਸਬੈਂਡ ਵਾਈਫ ਦੇ ਵਿੱਚ ਤਕਰਾਰ ਵਧਣ ਲੱਗ ਜਾਂਦੇ ਨੇ,
ਵਧਦੇ ਵਧਦੇ ਬਹੁਤ ਗਾਹਾਂ ਲੰਘ ਜਾਂਦੇ ਨੇ ਅਤੇ ਰਿਸ਼ਤੇ ਖਰਾਬ ਹੋ ਜਾਂਦੇ। ਸੋਚ ਸਮਝ ਕੇ ਹਰ ਕੰਮ ਸੋਚ ਸਮਝ ਕੇ ਕਰੋ। ਅਗਰ ਕੁਛ ਗਲਤ ਨਹੀਂ ਹੈ ਤਾਂ ਦੱਸਣ ਦੇ ਵਿੱਚ ਹਰਜ ਹੀ ਕੀ ਹੈ? ਨਹੀਂ, ਬੱਚਿਆਂ ਦਾ, ਘਰ ਦੇ ਮੈਂਬਰਾਂ ਦਾ ਫਿਕਰ ਤਾਂ ਹੁੰਦਾ ਹੀ ਆ। ਘਰ 'ਚ ਫਿਕਰ ਹੋ ਜਾਂਦਾ ਵੀ ਕਿੱਥੇ ਚਲੇ ਗਏ, ਦੱਸ ਕੇ ਨਹੀਂ ਗਏ, ਹਾਲੇ ਤਾਈਂ ਆਏ ਨਹੀਂ ਹੈ, ਦੱਸ ਕੇ ਜਾਵਾਂਗੇ ਤਾਂ ਇਹ ਬਹੁਤ ਅੱਛੀ ਬਾਤ ਹੈ, ਬੇਫਿਕਰੀ ਰਹਿੰਦੀ ਹੈ। ਜਿਵੇਂ ਔਰਤ ਚਾਹੇ ਕੰਮ 'ਚ ਸਾਰੀ ਦਿਹਾੜੀ ਕਰਦੀ ਰਹੇ ਅਤੇ ਸ਼ੌਹਰ ਨਾਲ ਮਿੱਠਾ ਨਾ ਬੋਲੇ, ਤਰੀਕੇ ਨਾਲ ਨਾ ਗੱਲ ਕਰੇ, ਸਭ ਬੇਕਾਰ ਹੈ। ਕੰਮ ਭਾਵਾਂ ਘੱਟ ਕਰ ਲਓ, ਸ਼ੌਹਰ ਦੀ ਰਿਸਪੈਕਟ ਕਰੋ, ਸਹੀ ਬੋਲੋ, ਮਿੱਠਾ ਬੋਲੋ, ਅਤੇ ਇਹਦੀ ਚੀਜ਼ ਸ਼ੌਹਰ ਖੁਸ਼ ਹੋ ਜਾਂਦਾ। ਬੰਦੇ ਨੂੰ ਨਾ ਬੇਟਾ ਸਿਰਫ ਸਕੂਨ ਦੀ ਜ਼ਿੰਦਗੀ ਚਾਹੀਦੀ ਹੈ, ਵੀ ਸਕੂਨ ਹੋ। ਪੈਸਾ ਕੋਈ ਮਹੱਤਵ ਨਹੀਂ ਰੱਖਦਾ ਕਿ ਪੈਸੇ ਹੀ ਸਭ ਕੁਛ ਹੈ, ਨਹੀਂ। ਬਹੁਤ ਘਰ ਦੇਖੇ ਨੇ, ਅੱਛੇ ਰਿਚ ਫੈਮਿਲੀ ਦੇ ਘਰ ਦੇਖੇ ਨੇ ਜਿੱਥੇ ਸਕੂਨ ਨਹੀਂ ਹੈ। ਔਰਤਾਂ ਆਪਣੀਆਂ ਮਨਮਾਨੀਆਂ ਕਰਦੀਆਂ ਨੇ, ਸ਼ੌਹਰ ਨੂੰ ਕੁਛ ਸਮਝਦੀਆਂ ਨੇ ਅਤੇ ਘਰ ਉੱਜੜ ਜਾਂਦੇ ਨੇ, ਉੱਜੜਦੇ ਦੇਖੇ ਹਾਂ ਮੈਂ। ਬਹੁਤ ਸ਼ੁਕਰੀਆ ਮੰਮੀ, ਮੈਨੂੰ ਬਹੁਤ ਅੱਛੀ ਤਰ੍ਹਾਂ ਤੁਸੀਂ ਸਮਝਾਇਆ ਅਤੇ ਮੈਂ ਸਮਝ ਗਈਆਂ ਕਿ ਇੱਕ ਔਰਤ ਹੀ ਹੈ ਜਿਹੜੀ ਮੁਸ਼ਕਿਲ ਵਕਤ ਨੂੰ ਸੰਭਾਲਦੇ ਹੋਏ ਆਪਣੇ ਘਰ ਨੂੰ ਬਹੁਤ ਬਿਹਤਰ ਬਣਾ ਕੇ ਰੱਖ ਸਕਦੀ ਹੈ। ਹਾਂਜੀ, ਚਲੋ ਹੁਣ ਮੈਂ ਤਿਆਰ ਹੁੰਦੀ ਹਾਂ ਅਤੇ ਕਿਸੇ ਮੀ ਔਰ ਮੈਂ ਜਾ ਰਹੀ ਹਾਂ, ਫਿਰ ਕਰਦੇ ਹਾਂ, ਬੈਠਦੇ ਹਾਂ ਆਪਾਂ ਇਕੱਠੇ। ਠੀਕ ਹੈ, ਥੋੜ੍ਹਾ ਰੈਸਟ ਕਰ ਲਓ ਜਦ। ਠੀਕ ਹੈ ਰਾਜੇ, ਕੁਛ ਖਾ ਪੀ ਵੀ ਲਓ, ਅਸੀਂ ਬੈਠੀ ਹੋ। ਕੋਈ ਨਾ, ਠੀਕ ਹੈ ਨਾ? ਹੁਣ ਠੰਡ ਤਾਂ ਲੱਗੂ, ਪਰੋ ਕੋਟ ਪਾ ਲਓ, ਠੀਕ ਲੱਗੀ ਫਿਟਿੰਗ? ਵਧੀਆ ਲੱਗਦਾ ਕੁੜਤਾ ਮੈਨੂੰ ਤਾਂ। ਕਿੰਨੇ ਦਿਨ ਬਾਅਦ ਤਾਂ ਤਿਆਰ ਹੁੰਦੇ ਤੁਸੀਂ? ਨਹੀਂ, ਉਹੀ ਫੜ ਫੜ ਕੇ ਫਿਰੀ ਜਾਂਦੇ। ਲੈ ਕੇ ਕੋਣ ਆਇਆ ਸੀ? ਤੂੰ ਲੈ ਕੇ ਆਈ ਸੀ? ਨਹੀਂ ਨਹੀਂ, ਹਾਂ ਮੰਮੀ ਲੈ ਕੇ ਆਏ ਸੀ। ਅਸ ਮੰਮੀ ਲੈ ਕੇ ਆਏ ਸੀ? ਠੀਕ ਹੈ, ਓਕੇ। ਨਹੀਂ ਵਧੀਆ ਜੀ, ਚਲੋ ਪਾਓ ਨਾ ਕੋਟ ਪਾ ਕੇ ਤਾਂ ਦਿਖਾਓ। ਉਹ ਦੇਖੋ ਬੈਠ ਕੇ, ਹਾਂ ਹਾਂ ਇਹ ਵੀ ਦੱਸਦਾ ਤੁਹਾਨੂੰ, ਐਂ ਕਰੋ ਪਾਪਾ, ਐਂ ਕਰੋ, ਐਂ ਦੋ ਕੈਚੇ ਬੈਠ। ਹਾਂ ਸਹੀ ਗੱਲ ਹੈ ਪੁੱਤ, ਲਾਉਣੇ ਪੈਂਦੇ ਨੇ ਬਟਨ। ਚਾਹ ਪਤਾ ਹੀ ਜਾ ਚੀ ਨੂੰ ਇੱਕ ਹੋਰ ਹੈ ਮੇਰੀ ਸੱਸ ਨੂੰ ਉੱਠ ਖੜੇ। ਹਾਂਜੀ ਉੱਠ ਤਾਂ ਗਏ। ਕਿਵੇਂ ਨੀਂਦ ਹੁੰਦਾ ਉਹਨਾਂ ਨੂੰ? ਵਧੀਆ ਰਾਤ। ਹਾਂਜੀ ਨੀਂਦ ਆ ਗਈ, ਬਸ ਕਹੀ ਜਾਂਦੀ ਸੀ ਪਿਆਸ ਲਈ ਪਾਣੀ ਰੱਖਣਾ ਹੀ ਭੁੱਲ ਗਈ। ਚਲੋ ਠੀਕ ਆ, ਕੋਈ ਗੱਲ ਨੀ, ਅੱਜ ਨੂੰ ਤਾਂ ਪਹਿਲਾ ਦਿਨ ਮੈਂ ਲੰਚ ਦੂਜਾ ਕੱਲ ਆਏ ਸੀ ਨਾ। ਚਲੋ ਵਿਆਹ ਦਿਖਾ ਲਈ ਅੱਜ, ਫਿਰ ਕਰੀਮ ਲਾ ਲੈਂਦੇ ਹਾਂ। ਸਾਡੇ ਤਾਂ ਹੱਥਾਂ ਨੂੰ ਮੱਲ ਲਈ, ਐਦਾਂ ਹੀ ਲਾਉਂਦੇ ਕਰੀਮ ਇਸ ਤਰ੍ਹਾਂ ਬੰਦੇ। ਮੂੰਹ ਤੇ ਲਾਈ ਦੀਆਂ ਪਹਿਲਾਂ ਡਾਟ ਡਾਟ ਕਰਕੇ। ਤੇਲ ਮੈਨੂੰ ਬੜਾ ਪਸੰਦ ਆ, ਜੈਸਮੀਨ ਦਾ ਤੇਲ, ਇਹ ਖੁਸ਼ਬੂ ਬੜੀ ਅੱਛੀ ਆ। ਹਲਕਾ ਦਾੜੀ ਮੇਲਾ ਲਈ ਅੱਜ ਪੱਗ ਪੁੱਗ ਉਹਨਾਂ ਨਾਲ ਹੈ ਨਾ ਤੁਹਾਡੇ ਕੋਈ? ਉਦਾਂ ਮਿਲਿਆ ਨਹੀਂ ਕੋਈ। ਡੈਡੀ ਕਹਿੰਦੇ ਪੱਗ ਉਹਨੀ, ਚਲੋ ਡੈਡੀ ਵਧਣਗੇ। ਡੈਡੀ ਤਾਂ ਆਉਂਦੀ ਆ। ਚਲੋ ਜੀ